Z5 ऐप डाउनलोड करो ते देखो पूरे एपिसोड बिल्कुल फ्री। देखो मैंने वो सीसीटीवी फुटेज बहुत जरूरी चाहिए सी, बस ऐसे ले मैं थे। तेनू फुटेज क्यों चाहिए है? मैनू फर्क नहीं पैंदा। गल ये है कि मैनू नौकरी तो कढ़न लई मयंक कई महीनों तो धमकियां दे रहा है, ते जे मैं ये सब कुछ मयंक नू जाके दस देवा ते मेरी नौकरी आराम नाल बच जानी है। मैं मयंक नू सब कुछ जाके दसदा। रुको, नहीं नहीं ऐदा नहीं होना चाहिए। तुसी प्लीज एक बार मेरी गल सुन लो, उस तो बाद तुसी जो करना होए कर लेना। मैं हूं कुछ नहीं सुनना। जे तुसी आज मयंक सर नू सब दस दिता ना, तो तुसी उस हर गलती विच मयंक सर दा साथ दोगे जेड़िया उन्होंने बीते सालों विच कीतियां ने, ते जेड़ी वो आन वाले समय विच करन वाले ने। की मतलब? ਤੁਹਾਨੂੰ ਅਰਜ ਰੰਧਾਵਾ ਯਾਦ ਹੈ? ਹਾਂ, ਉਹ ਤਾਂ ਇਸ ਅਕੈਡਮੀ ਦਾ ਬੜਾ ਵੱਡਾ ਖਿਡਾਰੀ ਹੁੰਦਾ ਸੀ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਉਸ ਵੱਡੇ ਪਲੇਅਰ ਦਾ ਫਿਊਚਰ ਖਰਾਬ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਇਸ ਅਕੈਡਮੀ ਦਾ ਸੈਕਰੇਟਰੀ ਮਯੰਕ ਸ਼ਰਮਾ ਹੈ। ਤੇ ਮਯੰਕ ਸਰ ਨੇ ਅਰਜ ਰੰਧਾਵਾ ਨੂੰ ਫੇਕ ਡਰੱਗ ਕੇਸ ਵਿੱਚ ਫਸਾ ਕੇ ਉਹਨਾਂ ਦਾ ਕਰੀਅਰ ਬਰਬਾਦ ਕਰ ਦਿੱਤਾ। ਤੇ ਜੇ ਮੈਂ ਅਰਜ ਰੰਧਾਵਾ ਨੂੰ ਬੇਕਸੂਰ ਸਾਬਿਤ ਕਰਨਾ ਹੈ ਨਾ, ਤਾਂ ਮੇਰੇ ਲਈ ਇਹਨਾਂ ਟੇਪ 'ਚੋਂ ਮਯੰਕ ਸਰ ਦੇ ਖਿਲਾਫ ਸਬੂਤ ਲੱਭਣਾ ਬਹੁਤ ਜ਼ਰੂਰੀ ਹੈ, ਤਾਂ ਕਿ ਉਹਨਾਂ ਨੂੰ ਉਹਨਾਂ ਦੀ ਗਲਤੀ ਦੀ ਸਜ਼ਾ ਮਿਲ ਸਕੇ, ਤਾਂ ਕਿ ਉਹ ਆਉਣ ਵਾਲੇ ਟਾਈਮ ਵਿੱਚ ਕਿਸੇ ਹੋਰ ਖਿਡਾਰੀ ਦੀ ਜ਼ਿੰਦਗੀ ਬਰਬਾਦ ਨਾ ਕਰ ਸਕਣ। ਕਿਉਂਕਿ ਜੇ ਉਹ ਸਰਜੀ ਦੇ ਨਾਲ ਇੱਦਾਂ ਕਰ ਸਕਦੇ ਨੇ ਨਾ, ਤਾਂ ਉਹ ਅਕੈਡਮੀ ਦੇ ਕਿਸੇ ਹੋਰ ਪਲੇਅਰ ਦਾ ਫਿਊਚਰ ਵੀ ਬਰਬਾਦ ਕਰ ਸਕਦੇ ਨੇ। ਅਤੇ ਜੇ ਅੱਜ ਤੁਸੀਂ ਉਹਨਾਂ ਨੂੰ ਸਭ ਦੱਸ ਦਿੱਤਾ ਨਾ, ਤਾਂ ਤੁਸੀਂ ਆਉਣ ਵਾਲੇ ਟਾਈਮ ਵਿੱਚ ਬਾਕੀ ਦੀ ਜ਼ਿੰਦਗੀਆਂ ਬਰਬਾਦ ਕਰਨ 'ਚ ਉਹਨਾਂ ਦਾ ਸਾਥ ਹੀ ਦਿਓਗੇ। ਵੈਸੇ ਵੀ ਮੈਂ ਕਈ ਵਾਰ ਉਹਨਾਂ ਨੂੰ ਤੁਹਾਡੇ ਉੱਤੇ ਚੀਕਦੇ ਹੋਏ ਦੇਖਿਆ। ਜਿੱਦਾਂ ਦਾ ਵਿਵਹਾਰ ਉਹ ਤੁਹਾਡੇ ਨਾਲ ਕਰਦੇ ਨੇ, ਤੁਸੀਂ ਇੰਨੇ ਸਾਲਾਂ ਤੋਂ ਬਰਦਾਸ਼ਤ ਕਿੱਦਾਂ ਕਰ ਸਕਦੇ ਹੋ? ਤੁਸੀਂ ਨਹੀਂ ਚਾਹੁੰਦੇ ਇਹ ਸਭ ਬੰਦ ਹੋਵੇ? ਚਾਹੁੰਦਾ ਤਾਂ ਮੈਂ ਵੀ ਇਹ ਹੀ ਹਾਂ ਕਿ ਮਯੰਕ ਨੂੰ ਉਹਦੇ ਕੀਤੇ ਦੀ ਸਜ਼ਾ ਮਿਲੇ, ਪਰ ਇਹ ਸਭ ਕੁਝ ਕਰਕੇ ਮੈਨੂੰ ਕੀ ਮਿਲਣਾ? ਜਦ ਮੈਂ ਬੋਰਡ ਮੈਂਬਰ ਦੇ ਸਾਹਮਣੇ ਇਹ ਸਬੂਤ ਪੇਸ਼ ਕਰਾਂਗੀ ਨਾ, ਤਾਂ ਬੋਰਡ ਮੈਂਬਰ ਉਸੇ ਵੇਲੇ ਮਯੰਕ ਸਰ ਨੂੰ ਨੌਕਰੀ ਤੋਂ ਕੱਢ ਦੇਣਗੇ, ਅਤੇ ਤੁਹਾਨੂੰ ਇਹਨਾਂ ਜ਼ੁਲਮਾਂ ਤੋਂ ਛੁਟਕਾਰਾ ਮਿਲ ਜਾਏਗਾ। ਅਤੇ ਹਾਂ, ਮੈਂ ਇਹਨਾਂ ਬੋਰਡ ਮੈਂਬਰਸ ਵਿੱਚ ਕੁਝ ਬੋਰਡ ਮੈਂਬਰਸ ਨੂੰ ਜਾਣਦੀ ਵੀ ਹਾਂ, ਅਤੇ ਮੈਂ ਇਸ ਗੱਲ ਦਾ ਪੂਰਾ ਧਿਆਨ ਰੱਖਾਂਗੀ ਕਿ ਤੁਹਾਡੀ ਨੌਕਰੀ ਤੋਂ ਕੋਈ ਮੁਸੀਬਤ ਨਾ ਆਵੇ, ਪਰ ਤੁਹਾਨੂੰ ਮੇਰੀ ਹੈਲਪ ਕਰਨੀ ਪਏਗੀ। ਠੀਕ ਹੈ, ਮੈਂ ਕਰਾਂਗਾ ਤੇਰੀ ਮਦਦ, ਪਰ ਤੈਨੂੰ ਇੱਥੇ ਬੜੀ ਸਮਝਦਾਰੀ ਨਾਲ ਕੰਮ ਕਰਨਾ ਪੈਣਾ, ਕਿਉਂਕਿ ਮਯੰਕ ਨੂੰ ਜ਼ਰਾ ਵੀ ਸ਼ੱਕ ਹੋ ਗਿਆ ਨਾ, ਤਾਂ ਉਹਨੇ ਮੈਨੂੰ ਮਾਰ ਮਾਰ ਕੇ ਨਾ ਬਾਹਰ ਕੱਢ ਦੇਣਾ। ਨਹੀਂ, ਤੁਸੀਂ ਫਿਕਰ ਨਾ ਕਰੋ, ਜੇ ਮੈਂ ਫੜੀ ਵੀ ਗਈ ਨਾ, ਮੈਂ ਤਾਂ ਵੀ ਤੁਹਾਡਾ ਨਾਮ ਬਿਲਕੁਲ ਨਹੀਂ ਲਵਾਂਗੀ, ਪਰ ਪਲੀਜ਼ ਤੁਸੀਂ ਮੇਰੀ ਹੈਲਪ ਕਰ ਦਿਓ। ਦੱਸ, ਤੈਨੂੰ ਮੇਰੇ ਤੋਂ ਕੀ ਮਦਦ ਚਾਹੀਦੀ ਹੈ? ਤੁਹਾਨੂੰ ਇਸ ਲੋਕਰ ਦਾ ਪਾਸਵਰਡ ਲੱਭਣ 'ਚ ਮੇਰੀ ਮਦਦ ਕਰਨੀ ਪਏਗੀ। ਸਿਰਫ ਤੁਸੀਂ ਉਹ ਜਿਹੜੇ ਇੰਨੇ ਸਾਲਾਂ ਤੋਂ ਇੱਥੇ ਹੋ, ਸਿਰਫ ਤੁਸੀਂ ਉਹ ਜਿਹਨੂੰ ਇਸ ਲੋਕਰ ਬਾਰੇ ਪਤਾ ਸੀ, ਕਿ ਤੁਸੀਂ ਮੈਨੂੰ ਇਸ ਲੋਕਰ ਦਾ ਪਾਸਵਰਡ ਦੱਸ ਸਕਦੇ ਹੋ? ਇਹ ਤਾਂ ਮੈਨੂੰ ਵੀ ਨਹੀਂ ਪਤਾ। ਫਿਰ ਮੈਂ ਲੋਕਰ ਕਿੱਦਾਂ ਖੋਲ੍ਹਾਂਗੀ? ਹਾਂ, ਇੱਕ ਤਰੀਕਾ ਹੈ। ਕਿਹੜਾ ਤਰੀਕਾ? Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।